ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾ ਗਲਾਕਣ ਪਰਮਜੀਤ ਲਾਡਾ ਪੰਜਾਬ ਨਿਊਜ਼ ਕੇ ਵਿੱਚ ਮਾਂ ਲਾਡੇ ਦੀਆਂ ਖਬਰਾਂ ਲੈ ਹਾਜ਼ਰ ਹੋ ਰਹੀ ਯਾਰ ਪਹਿਲੀ ਬੜੀ ਖਬਰ ਕੇ ਉੱਪਰ ਫਟਾਫਟ ਤੁਹਾਨੂੰ ਇਹੋ ਅਪਡੇਟ ਦੇ ਦਿਆਂ 24 ਤਰੀਕ ਕੱਲ ਨੂੰ 23 ਤਰੀਕ 524 ਔਰ 25 ਤਰੀਕ ਨੂੰ ਪੰਜਾਬ ਕੇ ਵਿੱਚ ਮਾਂ ਮੁਕੰਮਲ ਚੱਕਾ ਜਾਮ ਰੇਲ ਗੱਡੀਆਂ ਰੁਕ ਜਾਏਗੀਆਂ ਸਾਰਾ ਕੁਝ ਰੋਕਣੇ ਦੀ ਤਿਆਰੀ ਜ਼ਿਮੀਦਾਰਾਂ ਨੇ ਕਰ ਲਈ ਵੀਰ ਔਰ ਮੋਦੀ ਅੜ ਗਿਆ ਮੋਦੀ ਕਹਿ ਰਿਹਾ ਇਹ ਬਿੱਲ ਆਪਾਂ ਪਿੱਛਾ ਨਹੀਂ ਕਰਦੇ ਔਰ ਉੱਧਰ ਇਹ ਜ਼ਿਮੀਦਾਰ ਆਰ ਜਾਂ ਪਾਰ ਕੀ ਲੜਾਈ ਕਰਨ ਨੂੰ ਤਿਆਰ ਹੋ ਗਏ ਔਰ ਜ਼ਿਮੀਦਾਰ ਕਹਿ ਰਹੇ ਕਾ ਕੁਛ ਵੀ ਹੋ ਜਾਏ ਵੀਰ ਆਪਾਂ ਪਿੱਛੇ ਨਹੀਂ ਹਟਦੇ ਔਰ ਇਸ ਪੂਰੇ ਕਾਰਜਕ੍ਰਮ ਕੇ ਵਿੱਚ ਮਾ ਇਹ ਵੱਖ ਵੱਖ ਸਿਆਸੀ ਪਾਰਟੀਆਂ ਰਾਜ ਨੇਤਾ ਔਰ ਇਸਕੇ ਗੈਲ ਗੈਲ ਕਲਾਕਾਰ ਫਿਲਮੀ ਕਲਾਕਾਰ ਸਿੰਗਰ ਜੋ ਵੀ ਉਹ ਪੂਰੀ ਬਾਵਾ ਖੱਟਣ ਵਾਸਤੇ ਇਸ ਅੰਦੋਲਨ ਦੇ ਵਿੱਚ ਮਾ ਕੁੱਦ ਗਏ ਔਰ ਪਰਸ ਚੌਥੇ ਤੋਂ ਇਹ ਕਹਿ ਲਓ ਵੀਰੋ ਉਹ ਪਤਾ ਨਹੀਂ ਕਿਹੜਾ ਸਿੰਗਰ ਜ਼ਿਆਦਾ ਇਸ ਨੂੰ ਤੋਂ ਬਹੁਤ ਇਹ ਬਾਜਵਾ ਜਸ ਬਾਜਵਾ ਇਸ ਨੂੰ ਵੀਰ ਕਮੈਂਟਾਂ ਵਾ ਲੋਕਾਂ ਨੇ ਬਹੁਤ ਬੁਰਾ ਭਲਾ ਕਿਹਾ ਜਦੋਂ ਬਾਅਦ ਮੈਂ ਕਹਿ ਰਿਹਾ ਵੀਰ ਕਹਾ ਉਹ ਕਿਆ ਬਾਤ ਬਣੀ ਕਹਾ ਮੈਂ ਤੂੰ ਇਹਨੂੰ ਸਪੋਰਟ ਕਰਨਾ ਥਾ ਮੰਨੂ ਲੱਗ ਕੇ ਕਹਿਣ ਜੋ ਕਹਿ ਲਓ ਵੀ ਇਹ ਜ਼ਿਮੀਦਾਰਾਂ ਨੇ ਫੈਸਲਾ ਕਰਿਆ ਜਿਤਨੀ ਕਿਸਾਨ ਜਥੇ ਬੰਦੀਆਂ ਜੋ ਕਹਿ ਰਹੇ ਵੀਰ 24 ਤਰੀਕ ਨੂੰ ਬਹਾਨੇ ਰੋਕਣੀ ਆ ਰੇਲ ਗੱਡੀ ਔਰ ਇਸਕੇ ਵਿੱਚ ਮਾ ਇਹ ਕਿਸੇ ਵੀ ਸਿਆਸੀ ਪਾਰਟੀ ਨੂੰ ਕਹਾ ਮਾਰੇ ਅੰਦੋਲਨ ਮਾ ਆਣੇ ਕੀ ਲੋੜ ਨਹੀਂ ਕਿਉਂਕਿ ਵੀਰ ਆਮ ਆਦਮੀ ਪਾਰਟੀ ਦਾ ਜੋ ਚੀਮਾ ਇਸ ਨੇ ਸਵੇਰੇ ਬਿਆਨ ਦਿਆ ਕਹਾ ਆਪਾਂ ਸਮਰਥਨ ਕਰੇਂਗੇ ਜੋ ਕਿਸਾਨਾਂ ਕੇ ਗੈਲ ਖੜੇਂਗੇ ਉਨਕੀ ਮਦਦ ਕਰੇਂਗੇ ਜੋ ਬਾਤ ਕਰਤੀ ਔਰ ਉੱਧਰ ਸ਼੍ਰੋਮਣੀ ਅਕਾਲੀ ਦਲ ਕਾ ਆਇਓ ਸੁਖਬੀਰ ਬਾਦਲ ਕਹਿ ਰਿਹਾ ਆਪਾਂ ਵੀ ਸਮਰਥਨ ਕਰੇਂਗੇ ਕਿਸਾਨਾਂ ਗੈਲ ਖੜੇਂਗੇ ਔਰ ਉੱਧਰ ਕਾਂਗਰਸ ਪਾਰਟੀ ਦਾ ਇਹੋ ਕਹਿ ਲਓ ਵੀਰ ਕੈਪਟਨ ਅਮਰਿੰਦਰ ਵੀ ਕਹਿ ਰਿਹਾ ਆਪਾਂ ਵੀ ਕਹਾ ਸਮਰਥਨ ਕਰੇਂਗੇ ਕਿਸਾਨਾਂ ਗੈਲ ਖੜੇਂਗੇ ਇਹ ਵੀ ਜਦ ਤਿੰਨੇ ਚਾਰੇ ਪਾਰਟੀ ਬੀਜੇਪੀ ਵਾਲੇ ਵੀ ਕਹਿ ਰਹੇ ਸਮਰਥਨ ਕਰੇਂਗੇ ਜੇ ਸਾਰੇ ਸਮਰਥਨ ਕਰ ਰਹੇ ਫਿਰ ਰੌਲਾ ਕਿਸ ਚੀਜ਼ ਦਾ ਮੋਦੀ ਤੋਂ ਫਿਰ ਬਿੱਲ ਪਾਸ ਕਰਾ ਗਿਆ ਇਹੋ ਕੰਮ ਇਹ ਜ਼ਿਮੀਦਾਰਾਂ ਨੇ ਔਰ ਕਿਸਾਨ ਜਥੇਬੰਦੀਆਂ ਨੇ ਕਲੀਅਰ ਕਹਿ ਦਿੱਤਾ ਕਹਾ ਕਿਸੇ ਨੂੰ ਆਉਣੇ ਦੀ ਲੋੜ ਨਹੀਂ ਮਾਰੇ ਧਰਨੇ ਕੇ ਵਜੋਂ ਕਿਸਾਨਾਂ ਨੇ ਧਰਨਾ ਦਿਆ ਕਿਸਾਨ ਧਰਨਾ ਜੋ ਆਪ ਅੱਗਾ ਹੋਗਾ ਕਰੇਂਗੇ ਕਹਾ ਥਾਰੀ ਲੋੜ ਨਹੀਂ ਹਮ ਜਿਹੜੇ ਉਰਾਕ ਮਾਨੂੰ ਦੱਸੇਗੇ ਰੇਲ ਗੱਡੀ ਕਿਸ ਤਰ੍ਹਾਂ ਕਿਹੜਾ ਪਹੀਆ ਰੋਕਣਾ ਕਿਸ ਤਰ੍ਹਾਂ ਰੋਕਣੀ ਮਾਨੂੰ ਪਤਾ ਹੈਗਾ ਸਾਨੂੰ ਪਤਾ ਕਿਆ ਕਰਨਾ ਇਹੋ ਕਹਿ ਲਓ ਵੀਰ ਇਹ ਜ਼ਿਮੀਦਾਰ ਕਲੀਅਰ ਕੱਟ ਕਰਕੇ ਔਰ ਕਿਸਾਨਾਂ ਦਾ ਆਗੂ ਸਵਰਨ ਸਿੰਘ ਪੰਧੇਰ ਕਹਿ ਰਿਹਾ ਕਹਾ ਵੀਰ ਕਿਸੇ ਨੂੰ ਆਉਣੇ ਦੀ ਲੋੜ ਨਹੀਂ ਸਾਫ਼ ਜਵਾਬ ਦੇ ਦਿਆ ਅਗਲੀ ਖ਼ਬਰ ਸੁਣਿਓ ਵੀਰ ਸੰਸਦ ਦੇ ਵਿੱਚ ਮਾ ਤੁਹਾਨੂੰ ਪਤਾ ਕਾਰਵਾਈ ਚੱਲ ਰਹੀ ਯਾਰ ਇਸ ਸੰਸਦ ਦੇ ਵਿੱਚ ਮਾ ਰੋਜ਼ ਨਵੀਆਂ ਨਵੀਆਂ ਬਾਤਾਂ ਸੁਣਨੇ ਨੂੰ ਮਿਲ ਰਹੀਆਂ ਔਰ ਵੀਰ ਇੱਕ ਨਵੀਂ ਖ਼ਬਰ ਨਿਕਲ ਕੇ ਆਈ ਕਹਿ ਵੀ 2019 ਦੇ ਲੇਖਾ ਵੀ ਉਹ ਪ੍ਰਧਾਨ ਮੰਤਰੀ ਕੀ ਖਾ ਇਹੋ ਜਿਹੜੀ ਮਤਲਬ 2015 ਤੇ 19 ਤੱਕ ਕੀ ਕਹਾ ਵਿਦੇਸ਼ ਕੀ ਕਿਤਨੀ ਯਾਤਰਾ ਹੋਈ ਇਹੋ ਕਿਸੇ ਲੀਡਰ ਨੇ ਪੁੱਛਿਆ ਦਾ ਔਰ ਵੀਰ ਇਸ ਕਾ ਜਵਾਬ ਨਿਕਲ ਕੇ ਆਇਆ ਥੰਮ ਸੁਣ ਕੇ ਹੈਰਾਨ ਰਹਿ ਜਾਂਗੇ ਵੀ ਮੋਦੀ ਸਾਹਿਬ ਨੇ ਇਤਨੇ ਪੈਸੇ ਜਹਾਜ਼ਾਂ ਮਾ ਤੇਲ ਪਵਾ ਪਵਾ ਕਾ ਇੱਧਰ ਉੱਧਰ ਜਾ ਜਾ ਕਾ ਖਰਚ ਤੇ 58 ਦੇਸ਼ਾਂ ਦੇ ਵਿੱਚੋਂ ਮੋਦੀ ਤੱਕ ਗਿਆ ਤਾਜ਼ਾ ਅਪਡੇਟ ਜੋ ਨਿਕਲ ਕੇ ਆਇਆ ਵੀਰ ਇਸਕੇ ਵਿੱਚ ਮਾ ਕਹਿ 517 ਕਰੋੜ ਰੁਪਇਆ ਕਾ ਮੋਦੀ ਨੇ ਖਰਚ ਤਿਆ ਔਰ 82 ਲੱਖ ਰੁਪਇਆ ਵੀ ਇਸਕੇ ਗੈਲ ਔਰ ਇਹ ਪੈਸਾ ਖਰਚ ਤਿਆ ਵੀਰ ਇਸਕੀ ਜਾਣਕਾਰੀ ਨਿਕਲੀ ਔਰ ਇਸਕਾ ਇਹ ਜਿਹੜਾ ਪੂਰਾ ਚਿੱਠਾ ਕੱਢ ਕੇ ਦਿਆ ਜੋ ਇਸਕੇ ਵਿੱਚ ਮਾ ਜੋ ਇਹ ਕਲੀਅਰ ਕਰਿਆ ਵੀ ਮੋਦੀ ਸਾਹਿਬ ਨੇ ਕਹਾ ਇਹ ਦੇਸ਼ ਖਾਤਰ ਯਾਤਰਾ ਕਰੀ ਵੀ ਆ ਦੇਸ਼ ਕੇ ਬੜੇ ਖਾਸ ਮੁੱਦੇ ਦੇ ਜਿਨ੍ਹਾਂ ਦੇ ਉੱਪਰ ਬਾਤਚੀਤ ਹੋਈ ਔਰ ਤਾਂ ਹੀ ਕਹਿ ਮੋਦੀ ਸਾਹਿਬ ਨੇ ਕਹਾ ਜੋ ਜਹਾਜ਼ਾਂ ਵਾਂ ਇਤਨਾ ਪੈਸਾ ਖਰਚਿਆ ਤੇਲ ਪਵਾਇਆ ਔਰ ਇਸਕੇ ਵਿੱਚ ਮਾ ਕਹਾ ਇਹ ਜਿਹੜੀਆਂ ਯਾਤਰਾ ਹੋਈਆਂ ਜੋ ਕਹਿ ਲਓ ਵੀਰ 500 ਤੂੰ ਕਹਿ ਵੀ 17 ਕਰੋੜ ਰੁਪਇਆ ਪਹਿਲਾਂ ਇਹੋ ਜਿਹਾ ਗਿਣ ਲੱਗ ਜੇ ਮਾਰੇ ਬੰਦੇ ਇਹ ਤਾਂ ਬੂੜੇ ਹੋ ਜਾਏਗੇ ਸਵੇਰ ਤੇ ਔਰ ਇਸਕਾ ਇਹੋ ਜਿਹੜਾ ਜਵਾਬ ਇਹੋ ਮੁਰਲੀਧਰਨ ਕੋਈ ਮੰਤਰੀ ਇਸਨੇ ਦੱਸਿਆ ਕਹਾ ਵੀ 58 ਦੇਸ਼ਾਂ ਮੈਂ ਜਾ ਕੇ ਆਇਆ ਕਹਾ ਤਾਂ ਹੀ ਕਹਾ ਇਤਨੇ ਪੈਸੇ ਲੱਗ ਗਏ ਵੀਰ ਨਹੀਂ ਮਾਰੇ ਵਾਲੇ ਤਾਂ 25 ਲੱਖ ਲਾ ਕੇ ਕਹਿੰਦਾ ਕਨੇਡੇ ਗਏ ਇਹ ਮੋਦੀ ਸਾਹਿਬ ਤਾਂ ਪਤਾ ਹੀ ਨਹੀਂ ਕਹਾ ਕਿਤਨੇ ਗੇੜੇ ਲਾਤੇ ਔਰ ਇਸਕੀ ਉਹ ਰਿਪੋਰਟ ਜਿਹੜੀ ਉਹ ਸੰਸਦ ਦੇ ਵਿੱਚ ਨਿਕਲ ਕੇ ਆਈ ਯਾਰ ਇਸਕੇ ਬਾਅਦ ਇਹ ਬੜਾ ਖੁਲਾਸਾ ਹੋਇਆ ਮੋਦੀ ਤੋਂ ਇਤਨੇ ਟੂਰ ਲਾਇਆ 58 ਟੂਰ ਤੇ ਪਾਸਪੋਰਟ ਵੀ ਭਰ ਗਏ ਹੋਣੇ ਵੀਰ ਬੜੀ ਲਾਲ ਕਾਪੀ ਲਾਲੀ ਹੋਣੀ ਲਾਲੀ ਵਾਲੀ ਪਾਸਪੋਰਟ ਨਾ ਇਤਨੇ ਪੇਚਾਂ ਵਾਲੀ ਨਹੀਂ ਤੋ 2-4 ਪੇਚਾਂ ਤਾਂ ਮਾਰ ਤੇ ਇੱਕੇ ਪੋਸਟ ਇਹੋ ਤੇ ਥਾਈਲੈਂਡ ਦਾ ਵੀਜ਼ਾ ਲਵਾ ਕੇ ਪਿੰਡ ਬੰਦ ਖਾਈਆਂ ਥਾਈਲੈਂਡ ਗਏ ਤੇ ਸ਼ੁਕਰ ਮਾਰਾ ਥਾਈਲੈਂਡ ਜਾ ਖਾਇਆ ਚਲੋ ਅਗਲੀ ਖਬਰ ਸੁਣ ਲਿਓ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਹਾ ਬਈ ਮੋਦੀ ਸਾਹਿਬ ਨੇ ਜਿਹੜੀ MSP ਵਧਾਈ ਕਣਕ ਉੱਪਰ ਇਹੋ ਕਹਾ ਕੋਝਾ ਮਜ਼ਾਕ ਕਰਿਆ 50 ਰੁਪਏ ਵਧਾ ਕਾ ਜ਼ਿਮੀਦਾਰਾਂ ਕਹਿ ਇਹ ਮੋਦੀ ਸਾਹਿਬ ਸਿਆਣੇ ਇਹਨਾਂ ਨੂੰ ਪਤਾ ਬਾਈ ਜ਼ਿਮੀਦਾਰ ਸੜਕਾਂ ਦੇ ਉੱਪਰ
और मोदी यो खुद आप आगा कह रहा, देखो इन बिल का समर्थन करने खातर कितने लोग लाए हुए, यो इससे पहला यो कह लो भी सारे का अपना अपना बयान निकल का आया, चलो कोई किसी साहब गल, यो दलेर मेहंदी आया, दलेर मेहंदी ने भी कह रहा कहा यो देखो कहा गेहूं, यो देखो कहा सरो मेरे खेता मा गाजरा मूलिया शकरकंदिया बीतिया, यो गाजरा मूलिया शकरकंदिया बीज का ही देख लो वीर किसान बन गया, यो भी बहुत बड़ी बात मैं तो अज पता लगे तुड़क तुड़के करे करता। और यो कह लो वीर उठा कंगना रनौत, इसने बहुत भद्दी शब्दावली जिमीदार खतर यो बरती, यो बहुत माड़ी पंजाब के सिंगरा ने इसका मुंह तोड़ जवाब दिया और होर सिंगरा ने बहुत यो गल्ला दसियां कंगना रनौत नू, यो मन तो न्यू लग रहा भी कंगना का उथा बीएम सैन दफ्तर भन्ने आ गए जो उथे नानन गया भी सफेदी यार रंग रोग नार सीमेंट लवा देंगे तो यो बात कह रहे, यो भी हो सका वीर हो सका या कुछ भी हो सका हमारे देश के बिच, इव राजा कह रहा पंजाब रुपये बधागा कहा यो तो जिमीदार ने मजाक करया, यो बात चंगी नहीं करी कहा यो तो जमीन जिमीदार बेचारे यो पहले बहुत वक्त के मारे पे कहा उपर ते कहा यो काम हो गया कहा यो तो गलत बात हो, चलो खैर यो बात है। वैसे मोदी साहब कह रहे कहा ना तो कहा एमएसपी टूटती ना सरकारी खरीद बंद हो भी कहा यो गारंटी कर रहा थारे ये विश्वास भी क्या करे मोदी साहब का, मोदी साहब तो कह रहे कुछ नहीं होंदा कुछ नहीं होंदा, और जिमीदार कह रहे लिख के दो जी जे कुछ नहीं होंदा वे लिख के दे दो आर भाभी नहीं दर्द अर मोदी कह रहा कुछ नहीं होंगे कुछ नहीं होंगे, 2000 ये जब पिछा उसमें नोटबंदी हुई थी जब भी मोदी कह रहा था बड़ा खुश होगा कहा देखे हो क्या आया ये हो रहे खुश हो गया जेडी चीज की उम्मीद थी वह तो आई नहीं, और कहे तो काला था नबार आ जाएगा क्या आया कुछ भी नहीं आया, फिर यो कह लो भी जेडी जनादिया ने यो आटे वाले पीपिया पैसे लगो यो जरूर बाहर निकल का आ गए और कुछ नहीं निकल का आया, चलो खैर अगली खबर सुन लियो वीर। सुखबीर बादल कह रहा कहा 25 तारीख को जहां जिमीदार का रेलगड्डिया रोकेंगे कहा पर सड़क रोकेंगे रेलगड्डिया तो ट्रैक पहले जाम कर देना जिमीदार ये मान लियो, मतलब सुखबीर बादल अपने यो जिथा जितया उथा बैठ गया मान लियो वाह उथा बैठा और बैठा बैठा उथा कहा भी रेलगड्डी तो आई नहीं कोई रेलगड्डी कितना आ जाएगी, ये राजपुरे जिमीदार रेलगड्डिया रोका खड़ गए रेलगड्डी तो अगर जाएगी नहीं, फिर उथा लुधियाना रोका खड़ के जाएगी नहीं, फिरोजपुर रोका खड़ के जाएगी नहीं, इसी कार का फिर कैप्टन मतलब प्रकाश बादल छोकरे ने लाया दिमाग कहा भी फिर रेल गड्डिया तो खाजी कितना रोक के रेखा आप सड़क रोकेंगे कहा जी कितनी देर रोकेंगे कहा मैं सब नु दस दया भाई 3 घंटे आप सड़क रोकेंगे मतलब यो कह लो पुलिस वाले पहला रूट बना लेंगे किस रूट पर गड्डिया भेजनिया थां जो पब्लिक भी परेशान ना हो। और सुखबीर बादल साहब का यो जड़ा मुंह ते बोल कटते यो भी पूरा हो जाए, ये भी यो कह रहे कहा भाई यो जड़ा खेतीबाड़ी आर्डिनेंस इसके खिलाफ कहा आप ने यो रेलगड्डिया आला तो चलो जिमीदार कर रहे काम आप सड़क रोक देगा सड़क पर कोई बंदा यो जान नहीं देना मरने जिथे बैठ गए यो मतलब यो क्लियर कट कर। और उधर सिद्धू मूसेवाला इसका भी बयान आया बंदे कह रहे कहा जी बब्बू मान ने तो कहा इतने बयान पर बयान देते खेती बाड़ी आर्डिनेंस पा ये सिद्धू नहीं बोलिया ई बबीर सिद्धू कह रहा कहा मैं तो कहा बंदे ने करी दी गल कहा यो जिमीदार है मन दे नहीं कहा जिमीदार कह रहे जी मारे पास प्रबंध है नहीं इतना इतना प्रबंध दिड़बे वाले मेले में देखे इतना बड़ा प्रबंध करना पाया फिर भी विवाद हो गया ईब कह रहा भी प्रबंध है नहीं और जिमीदार अड़गे कहा ना फिर मैं तो बुलाना नहीं कहा प्रबंध ना होने करका उथा धक्का मुखी हो जाएगी कहा भी उठा आयो गदर मिशा का इस करका यो टिब्बे वाला संजय दत्त मतलब सिद्धू मूसेवाला कह रहा आप फिर आते बाकी करा मैं कर रहा इंतजाम इंतजाम करका कहा फिर मैं कहा धरने का करांगा प्लान का फिर आयो सारे थम फिर जिमीदार के हक में कहा आप बहका धरना देवेंगे यो फिर सोशल मीडिया पर वीडियो पाई सिद्धू मूसेवाले ने ये सिद्धू कह रहा कहा फिर मैं तो आना था कहा बहुत टाइम यो ना सोचे कहा सिद्धू कहा जिमीदार का छोकरा है नहीं कहा यो मनु भी उतना ही दर्द कहा भाई जिमीदार नहीं मान दे कहा आना यार तू का भीड़ बहुत हो जाएगी इकट्ठ हो जाएगा और इसी घर का कहा बस मैं तो नहीं आया कहा मैनु गलत ना समझियो भी और फिर यो मारा पड़ोसी हरियाणा उत्था मनोहर लाल खट्टर की सरकार और कल क्षेत्र के बिच मां यो जिमीदार तेरे ते धरना और उत्था पुलिस वाले डांग फेरती जिसनु कहा लाठी चार्ज इब लाठी चार्ज करिया उठा यो जे जे पी एल जेडी उठा यो चौड़ा सत चौटाले की यो जेडी बनाई हुई था इन्होंने गठ जोड़ पाया उस गल जो करे गलत करिया चटाले लाठी चार्ज का आर्डर क्यों दिया आप चटाले पता लग गया ना खट्टर नु खट्टर कह रहा कहा मनु तो कहा फिर पता ही नहीं कहा कह जी डांग खड़की का उठा जिमीदार पर डांग फेरी का इन्होंने यो बंदे वाली बात बना कोई
कच्छा फिर पता नहीं क्या गल हुई। खट्टर साहब कह रहे कहा वीर मतलब माड़े माड़े डंडे जे इतना दिखा दिखा कहा माड़े माड़े बंदे पीछे करा ना जद इधर हो जाओ इधर हो जाओ इधर हो जाओ इस लाठी चार थोड़ी कहा कहा यार वीर आत्म रख्या कर कहा भी पीछा हो जाओ अगा हो जाओ इधर लंघ जाओ उधर लंघ जाओ यो कहा लाठी चार तो जद होगा जद आर्डर होगा भी फिर हो डांग पूरी फिर होगा जिस तरह भैंसा की डांग उठा बहु लाठी चार जो है उठा यो गैस पूरे ने देखो पुल झटा आया टाका पुटिया यो होगा लाठी चार का यो लाठी चार थोड़ी का मैं तो कह ही नहीं किसी ने कहा लाठी चार जो है वही कहा दस यार गल्ला बनाई यहाँ बैठेगा मैं तो जिमीदार के गैल खड़ा कहा यार साहब की तरह बात कर चलो खैर खट्टर साहब अपनी सफाई देके कहा मैं लाठी चार नहीं कराया ये तो विरोधी जान का बदनाम करने को सकता है चलो खैर लाडा डिस्कशन पंजाबी खबरों के बीच का यो अज का बड़ा न्यूज था बड़ा बुलेटिन था थारे खातर इतनी खबर थारे गल चलती रहेंगी होर खबर भी इतनी थानू दसदा रहांगा सुनाता रहांगा इब लाडे नू दो इजाजत सारे नू प्यार भरी सत श्री अकाल ज्योतिष आर के शास्त्री रूहानी ते काले इलम दे माहिर 72 घंटिया विच घर बैठे हर तरह दा समाधान वशीकरण करना जां तोड़ना प्यार विच धोखा लव मैरिज पति पत्नी विच अणबण सौतन दुश्मन दा नाश धोखा खादे लोग सानू एक बार जरूर फोन कर 8486 13 896 8486 13 896